ਨੈਕਸਟ ਪਾਰਟਿਸਪੈਂਟ ਨੂੰ ਬੁਲਾਉਣਾ ਚਾਹਾਂਗੇ, ਟੈਗ ਨੰਬਰ 409 ਨਵਪ੍ਰੀਤ ਕੌਰ ਜੀ। ਮੇਰੇ ਵੱਲੋਂ ਸਾਰੇ ਜੱਜਸ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ 9 to 9 ਇੰਟਰਟੇਨਮੈਂਟ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਇਹ ਫਸਟ ਐਕਸਪੀਰੀਅੰਸ ਹੈ, ਮੈਂ ਕੋਈ ਆਡੀਸ਼ਨ ਨਹੀਂ ਦਿੱਤਾ ਹਾਲੇ ਤੱਕ, ਇਸ ਲਈ ਥੋੜ੍ਹੀ ਜਿਹੀ ਨਰਵਸ ਹਾਂ, ਸੋਰੀ। ਮੈਂ ਸਕੂਲ ਟੀਚਰ ਹਾਂ ਸਰ, ਛੋਟੀ ਨਰਸਰੀ ਕਲਾਸ ਨੂੰ ਐਂਟੀਟੀ ਕੀਤੀ ਹੋਈ ਹੈ, ਪੜ੍ਹਾਉਣੀ ਹੈ। ਮੇਰਾ ਇੱਕ ਬੇਟਾ ਹੈ, 16 ਸਾਲ ਦਾ ਮੇਰਾ ਬੇਟਾ ਹੈ, +2 ਦੇ ਵਿੱਚ ਹੈ। ਔਰ ਮੈਨੂੰ ਇਹ ਸ਼ੋਅ ਦੇਖਦੇ ਨੂੰ 4-5 ਸਾਲ ਹੋ ਗਏ ਐਕਚੁਅਲੀ ਫੇਸਬੁੱਕ 'ਤੇ। ਸਰ ਪਰਮਿੰਦਰ ਸਰ, ਮੈਂ ਸਾਰਿਆਂ ਨੂੰ ਦੇਖਦੀ ਹਾਂ, ਹਰ ਇੱਕ ਚੀਜ਼ ਨਿੱਕੀ ਨਿੱਕੀ ਨੋਟਿਸ ਕਰਦੀ ਹਾਂ। ਇੱਥੇ ਆ ਕੇ ਹੁਣ ਬਹੁਤ ਮਤਲਬ ਕੰਮ ਰਹੀ ਹਾਂ, ਸਮਝ ਨਹੀਂ ਆ ਰਹੀ ਵੀ ਕੀ ਬੋਲਾਂ। ਘਰ ਤਾਂ ਬਹੁਤ ਸੋਚ ਰਹੀ ਸੀ ਵੀ ਮੈਂ ਆਹ ਕਰੂੰਗੀ, ਉਹ ਬੋਲੂੰਗੀ, ਬਟ ਹੁਣ ਥੋੜ੍ਹੀ ਜਿਹੀ ਨਰਵਸ ਹੋ ਗਈ, ਪਰ ਇਹਨਾਂ ਸਾਰਿਆਂ ਨੂੰ ਦੇਖ ਕੇ ਕੌਨਫੀਡੈਂਸ ਆ ਗਿਆ ਥੋੜ੍ਹਾ ਜਿਹਾ। ਪਰਮਿੰਦਰ ਸਰ, ਮੈਂ ਤੁਹਾਡੇ ਲਈ ਇੱਕ ਬੋਲੀ ਜ਼ਰੂਰ ਪਾਊਂਗੀ, ਇੱਕ ਰਾਜਾ ਸਰ ਸੀ ਤੁਹਾਡੇ ਨਾਲ, ਤੁਹਾਡੀ ਜੋੜੀ ਬੈਸਟ ਹੈ ਸਰ, ਇੱਕ ਮੈਂ ਬੋਲੀ ਜ਼ਰੂਰ ਪਾਊਂਗੀ। ਸੋਹਣੀ ਜੀ ਪਗਬੰਦ ਹੈ ਮੁੰਡਿਆਂ ਸੂਟਾਂ ਨਾਲ ਮਿਲਾ ਕੇ, ਵੀ ਸੋਹਣੇ ਸੋਹਣੇ ਪਾਉਣਾ ਕੱਪੜੇ, ਪਾਉਣੀ ਬਾਹਰ ਰਖਾ ਕੇ, ਵੀ ਤੂੰ ਮੇਰੇ ਮਨ ਲੱਗਿਆ ਤੁਰਦਾ ਹੁਲਾਰਾ ਖਾ ਕੇ। ਦੇਖੋ ਤੁਹਾਡੀ ਜੋੜੀ ਸਰ ਬੈਸਟ ਹੈ, ਐ ਲੱਗਦਾ ਵੀ ਰੀਅਲ ਬ੍ਰਦਰ ਹੋ ਤੁਸੀਂ, ਕਿਉਂਕਿ ਮੈਂ ਬਹੁਤ ਟਾਈਮ ਤੋਂ ਫੋਲੋ ਕਰ ਰਹੀ ਹਾਂ ਤੁਹਾਨੂੰ ਸਾਰਿਆਂ ਨੂੰ ਸਰ। ਇਹ ਤਾਂ ਬੰਦੇ ਕਹਿੰਦੇ ਵੀ ਬਟਰਿੰਗ ਕੰਟੈਸਟੈਂਟ ਜੂਰੀ ਮੈਂਬਰ ਨੂੰ ਕਹਿੰਦੇ, ਸਿੱਧੇ ਹੀ ਆਰਗੇਨਾਈਜ਼ਰ ਨੂੰ ਬਟਰਿੰਗ ਹੋ ਗਈ ਹੈ। ਇਹ ਤਾਂ ਨਹੀਂ ਮੈਨੂੰ ਪਤਾ ਸਰ, ਪਰ ਮੇਰੇ ਮਨ 'ਚ ਸੀ ਕਿ ਮੈਂ ਸਰ ਨੂੰ ਬੋਲੀ ਜ਼ਰੂਰ ਸੁਣਾਉਣੀ ਹੈ, ਇਹਨਾਂ ਲਈ ਸੀ। ਜੂਰੀ ਦਾ ਤਾਂ ਕੰਮ ਹੀ ਪਿੱਛੋਂ ਕੱਢਤਾ। ਨਹੀਂ ਸਰ, ਤੁਸੀਂ ਤਾਂ ਪਹਿਲਾਂ ਹੋ, ਬਟ ਮੈਨੂੰ ਫੋਲੋ ਕਰਦੇ ਨੂੰ ਸਰ ਕਾਫੀ ਸਾਲ ਹੋ ਗਏ, ਫੇਸਬੁੱਕ 'ਤੇ ਦੇਖਦੀ ਰਹਿੰਦੀ ਹਾਂ। ਅੱਛਾ, ਬਟ ਕਿੰਨੇ ਸਾਲ ਤੋਂ ਫੋਲੋ ਕਰ ਰਹੇ ਹੋ? ਸਰ 4 ਸਾਲ ਹੋ ਗਏ, 5th ਸੀਜ਼ਨ ਹੈ, ਆਈ ਨਹੀਂ ਮੈਂ ਸਰ। ਚਾਰ ਸੀਜ਼ਨਾਂ 'ਚ 4 ਪੁਆਇੰਟ ਦੱਸੋ ਜਿਹੜੇ ਤੁਹਾਨੂੰ ਘਰ ਬੈਠੇ ਬੈਠੇ ਸਿੱਖਣ ਨੂੰ ਮਿਲੇ। ਸਰ ਸਿੱਖਣ ਨੂੰ ਮੈਨੂੰ ਇਹ ਮਿਲਿਆ ਕਿ ਜਿਵੇਂ ਇੱਥੇ ਸਭ ਤੋਂ ਪਹਿਲੀ ਗੱਲ ਹੈ ਕਿ ਕੁਐਸਚਨ ਆਨਸਰ ਜੋ ਪੁੱਟ ਹੁੰਦੇ ਨੇ ਨਾ, ਪਤਾ ਨਹੀਂ ਹੁੰਦਾ ਸਰ ਘਰ ਬੈਠਿਆਂ ਨੂੰ। ਮੇਰੀ ਮੈਰਿਜ ਨੂੰ ਸਰ 18 ਸਾਲ ਹੋ ਗਏ, ਮੈਂ ਐਕਚੁਅਲੀ ਹਾਊਸ ਵਾਈਫ ਹੀ ਰਹੀ ਹਾਂ। ਮੇਰੀ ਮਦਰ ਇਨ ਲਾਅ ਨੇ ਹੀ ਮੈਨੂੰ ਜੋਬ ਲਈ ਮਤਲਬ ਕਿਹਾ ਸੀ ਕਿ ਤੂੰ ਜੋਬ ਕਰ, ਘਰ ਬੈਠੀ ਹਾਂ, ਤੂੰ ਤਿਆਰ ਨਹੀਂ ਹੁੰਦੀ, ਤੂੰ ਕੋਈ ਮੇਕਅਪ ਨਹੀਂ ਕਰਦੀ, ਕਿਉਂਕਿ ਘਰ ਬੈਠੇ ਆਪਾਂ ਇੱਦਾਂ ਹੀ ਰਹਿੰਦੇ ਹਾਂ ਕੈਜੂਅਲੀ। ਉਹਨਾਂ ਨੇ ਮੈਨੂੰ ਮਤਲਬ ਕਿਹਾ, ਉਹਨਾਂ ਨੇ ਲਗਾਇਆ, ਉਹਨਾਂ ਦੀ ਡੈਥ ਨੂੰ ਵੀ 4 ਸਾਲ ਹੋ ਗਏ। ਸੈਸ਼ਨ ਵੀ ਦੇਖੀ ਸੀ, ਗਰੂਮਿੰਗ ਸੈਸ਼ਨ ਦੇਖਿਆ ਸੀ? ਹਾਂਜੀ ਸਰ, ਉਹ ਵੀ ਦੇਖਦੀ ਹਾਂ। ਉਹਦੇ ਵਿੱਚ ਕੀ ਦੇਖਣ ਨੂੰ? ਉਹਦੇ ਵਿੱਚ ਸਰ ਮਹਾ ਆਪਣਾ ਕੈਟਵਾਕ ਵਗੈਰਾ ਕਰਨਾ ਸਿਖਾਉਂਦੇ ਆ, ਸਾਰਾ ਕੁਝ ਉਹਨਾਂ ਨੂੰ ਨੋਲੇਜ ਦਿੰਦੇ ਆ, ਕਿਵੇਂ ਦੇਖਣਾ, ਕਿਵੇਂ ਖੜਨਾ, ਇਹ ਚੀਜ਼ਾਂ ਜ਼ਿਆਦਾ ਮਤਲਬ ਦੱਸਦੇ ਨੇ ਉਹਦੇ ਵਿੱਚ। ਸੋ ਬਹੁਤ ਜ਼ੋਰਦਾਰ ਤੁਹਾਡੀ 9 to 9 ਐਂਟਰਟੇਨਮੈਂਟ ਲਈ। ਇੱਕ ਤਾਂ ਜਿਹੜੇ ਪਾਰਟਿਸਪੇਟ ਕਰ ਰਹੇ ਨੇ ਲਈ ਤਾਂ ਨੋਲੇਜੇਬਲ ਵਾਲੀ ਗੱਲ ਹੈ, ਤੇ ਜਿਹੜੇ ਘਰੇ ਬੈਠੇ ਵੀ ਤੁਹਾਡੇ ਵਰਗੇ ਸਿੱਖ ਰਹੇ ਨੇ। ਹਾਂਜੀ, ਮੈਂ ਤਾਂ ਸਰ ਘਰ ਹੀ ਸਿੱਖਿਆ, ਵੈਸੇ ਮੈਨੂੰ ਡਾਂਸ ਦਾ ਬਹੁਤ ਸ਼ੌਂਕ ਹੈ, ਗਿੱਧੇ ਭੰਗੜੇ 'ਚ ਮੈਂ ਬਚਪਨ ਤੋਂ ਹੀ ਪਾਰਟਿਸਪੇਟ ਕਰਦੀ ਰਹੀ ਹਾਂ, ਮੈਨੂੰ ਬਹੁਤ ਸ਼ੌਂਕ ਸੀ, ਬਟ ਮੇਰੇ ਡੈਡੀ ਬਹੁਤ ਸਟ੍ਰਿਕਟ ਸੀ ਸਰ, ਐਕਚੁਅਲੀ ਉਹ ਜਾਣ ਨਹੀਂ ਦਿੰਦੇ ਸੀ। ਫਿਟਨੈਸ ਬਾਰੇ ਤੁਹਾਡਾ ਕੀ ਵਿਊਜ਼ ਨੇ ਅੱਜ ਕੱਲ੍ਹ? ਜਿਵੇਂ ਆਪਾਂ ਦੇਖ ਰਹੇ ਹਾਂ ਬਹੁਤ ਲੋਕਾਂ 'ਚ ਮੋਟਾਪਾ ਹੈ, ਐਂਡ ਮੈਨੂੰ ਬਹੁਤ ਖੁਸ਼ੀ ਦੇਖ ਕੇ, ਸਾਰੇ ਇੱਥੇ ਫਿਟ ਐਂਡ ਫਾਈਨ ਨੇ, ਬਹੁਤ ਲੇਡੀਜ਼ ਬਹੁਤ ਜ਼ਿਆਦਾ ਆਪਣਾ ਜੈਂਟਸ ਵੀ ਓਬੈਸਿਟੀ ਹੋ ਰਹੀ ਹੈ ਮੋਟਾਪੇ ਦੇ ਕਾਰਨ, ਕਈ ਬਿਮਾਰੀਆਂ ਲੱਗ ਰਹੀਆਂ। ਕੀ ਮੈਸੇਜ ਦੇਣਾ ਚਾਹੋਗੇ ਆਪਣੇ ਆਪ ਨੂੰ ਫਿੱਟ ਰੱਖਣ ਲਈ? ਕੀ ਮੈਜਰਸ ਆਪਾਂ ਨੂੰ ਲੈਣੇ ਚਾਹੀਦੇ ਨੇ, ਅਤੇ ਕੀ ਕੀ ਚੀਜ਼ਾਂ ਕੰਟਰੋਲ ਕਰਨੀਆਂ ਚਾਹੀਦੀਆਂ? ਸਰ ਖਾਣ ਪੀਣ ਦਾ ਤਾਂ ਵੈਸੇ ਐਕਚੁਅਲੀ ਕੋਈ ਕੰਟਰੋਲ ਨਹੀਂ ਹੁੰਦਾ, ਵੈਸੇ ਡਾਕਟਰ ਵੀ ਖਾਣ ਪੀਣ ਦਾ ਹੀ ਪਹਿਲਾਂ ਕੰਟਰੋਲ ਕਰਨਾ ਚਾਹੀਦਾ। ਸਰ ਉਹ ਹੈ ਕਿ ਖਾਂਦੇ ਨੇ ਖਾਣੋ, ਕੋਈ ਨਹੀਂ ਰੁਕ ਸਕਦਾ, ਕਹਿੰਦੇ ਹੁੰਦੇ ਜੀਵ ਹੁੰਦੀ ਹੈ ਨਾ, ਰੁਕਦੀ ਨਹੀਂ ਹੈ। ਤੁਸੀਂ ਸਮਝੀ ਨਹੀਂ ਮੇਰਾ ਕੁਐਸਚਨ, ਮੈਂ ਇਹੀ ਪੁੱਛਿਆ ਜੀ ਕੀ ਚੀਜ਼ ਕੰਟਰੋਲ ਕਰਨੀ? ਹਾਂਜੀ, ਇਹ ਮੈਂ ਦੱਸ ਰਹੀ ਕਿ ਸਾਰੇ ਮਰਜ਼ੀ ਦਵਾ ਕਹਿੰਦੇ ਹੁੰਦੇ ਆ ਨਾ, ਇੱਕੋ ਇਲਾਜ ਹੈ ਕਿ ਸੈਰ, ਮਾਰਨਿੰਗ ਸੈਰ ਕਰਨੀ ਚਾਹੀਦੀ ਹੈ। ਜਮਾ ਗਲਤ ਆਨਸਰ ਆ ਤੁਹਾਡਾ, ਮੈਂ ਦੱਸਦਾ ਹੁਣ। ਚਲੋ ਜਿਹੜੇ ਸ਼ੋਅ ਦੇਖ ਰਹੇ ਨੇ, ਮੈਂ ਹੁੰਦਾ ਕਿ ਹੈਲਥ ਪ੍ਰਤੀ ਜਿੰਨੇ ਵੀ ਮੈਂ ਨੌਲੇਜ ਦੇ, ਸੈਰ ਕਰਨ ਦਾ ਮਤਲਬ ਹੁੰਦਾ ਆਪਣੀ ਰੋਟੀ ਨੂੰ ਡਾਈਜੈਸਟ ਕਰਨਾ। ਸੈਰ ਪਤਲਾ ਨਹੀਂ ਕਰਦੀ ਬੰਦੇ ਨੂੰ, ਪਹਿਲਾਂ ਤਾਂ ਦਿਮਾਗ 'ਚੋਂ ਵਹਿਮ ਕੱਢੋ, ਬੰਦੇ ਨੂੰ ਪਤਲਾ ਕਰੂਗੀ ਰਨਿੰਗ ਜਾਂ ਜੋਗਿੰਗ, ਉਹ ਵੀ ਜੇ ਤੁਸੀਂ ਸਵੇਰ ਦੇ ਟਾਈਮ ਕਰੋਗੇ। ਰਾਤੀ ਜਦੋਂ ਆਪਾਂ ਜਿਹੜੀ ਮਾਰਨਿੰਗ ਵਾਕ ਹੁੰਦੀ ਹੈ, ਮਾਰਨਿੰਗ ਵਾਕ ਹੁੰਦੀ ਹੈ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਆਕਸੀਜਨ ਫਰੈਸ਼ ਜਾਵੇ, ਕਿਉਂਕਿ ਪੋਲਿਊਸ਼ਨ ਨਹੀਂ ਹੁੰਦਾ ਉਸ ਟਾਈਮ। ਜਿਹੜੀ ਰਾਤ ਦੀ ਸੈਰ ਹੁੰਦੀ ਹੈ, ਉਹ ਹੁੰਦੀ ਹੈ ਆਪਣੇ ਖਾਣੇ ਨੂੰ ਡਾਈਜੈਸਟ ਕਰਨ ਲਈ। ਫਿਟਨੈਸ ਫਰੀਕ ਹੋਣ ਦੇ ਲਈ ਆਪਣੀ ਰਸੋਈ ਦੇ ਵਿੱਚੋਂ ਰਿਫਾਈਨਡ ਆਇਲ, ਤਲੀਆਂ ਹੋਈਆਂ ਚੀਜ਼ਾਂ, ਮਿੱਠੇ ਵਾਲੀਆਂ ਚੀਜ਼ਾਂ ਤੇ ਨਮਕ ਮਸਾਲੇ ਤੇ ਮੈਦੇ ਵਾਲੀਆਂ ਚੀਜ਼ਾਂ ਇਹ ਦੂਰ ਕਰ ਦਿਓ। ਹਾਂਜੀ ਸਰ, ਠੀਕ ਹੈ, ਮੈਦੇ ਵਾਲੀਆਂ ਚੀਜ਼ਾਂ ਸਾਰੀਆਂ ਜਿੰਨੇ ਵੀ, ਉਸ ਤੋਂ
ਉਸ ਤੋਂ ਬਾਅਦ ਪੈਕੇਜਿੰਗ ਫੂਡ ਜੇ ਆਪਾਂ ਜੰਕ ਫੂਡ ਖਾਣੇ ਆ ਆਪਾਂ ਜੰਕ ਫੂਡ ਖਾਣੇ ਆ ਡੋਮਿਨੋਜ਼ ਖਾਣੇ ਆ ਮੈਕਡੀ ਬਰਗਰ ਖਾਣੇ ਆ ਹਾਂਜੀ ਸਰ ਮੋਮੋਜ਼ ਵਗੈਰਾ ਜੋ ਵੀ ਖਾਣੇ ਆ ਆਪਣੇ ਯੂ ਨੋ ਆਪਣੇ ਬੋਡੀ ਨੂੰ ਨਾ ਆਪਣੇ ਲੀਵਰ ਨੂੰ ਜੇ ਤੁਸੀਂ ਕੰਚ ਖਾਣ ਦੀ ਜਾਂ ਲੋਹਾ ਖਾਣ ਦੀ ਆਦਤ ਬਣਾਉਂਗੇ ਨਾ ਆਪਣੀ ਬੋਡੀ ਹੈਬਚਰ ਹੋ ਜੂਗੀ ਉਹਨੂੰ ਚੀਜ਼ ਹੈ ਐਕਸੈਪਟ ਕਰਨ ਦੀ ਸੋ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਆਪਣੀ ਲੀਵਰ ਨੂੰ ਨਾ ਆਪਣੀ ਬੈਲੀ ਨੂੰ ਆਪਣੇ ਸਟੋਮਕ ਨੂੰ ਇਹਨੂੰ ਬੋਡੀ ਨੂੰ ਹਰ ਟਾਈਪ ਦੀ ਆਦਤ ਹੋਣੀ ਚਾਹੀਦੀ ਮੈਂ ਨਹੀਂ ਕਹਿੰਦਾ ਕਿ ਸਾਰਾ ਦਿਨ ਖਰਾਬ ਖਾਓ ਜੇ ਤੁਸੀਂ 5 ਦਿਨ ਹੈਲਦੀ ਡਾਇਟ ਵੀ ਲੈ ਰਹੇ ਹੋ ਨਾ 6ਵੇਂ ਦਿਨ ਤੁਸੀਂ ਇੱਕ ਅੱਧਾ ਭਟੂਰੇ ਟਾਈਪ ਜਾਂ ਚਨਾ ਪੂੜੀ ਕੁਛ ਖਾ ਸਕਦੇ ਹੋ ਸੋ ਬਟ ਹਫ਼ਤੇ 'ਚੋਂ 5 ਦਿਨ ਜੀਭ 'ਤੇ ਕੰਟਰੋਲ ਰੱਖਣਾ ਪੈਣਾ ਫਰਾਈਡ ਚੀਜ਼ਾਂ ਤੋਂ ਜੰਕ ਚੀਜ਼ਾਂ ਤੋਂ ਸਾਰੇ ਦੂਰ ਰਿਹਾ ਕਰੋ ਐਂਡ ਜੇ ਕਿਸੇ ਨੂੰ ਲੱਗਦਾ ਨਾ ਕਿ ਹਾਂ ਮੈਂ ਖਾਈ ਜਾ ਰਹੀ ਹਾਂ ਬਟ ਮੈਂ ਮੋਟੀ ਨਹੀਂ ਹੋ ਰਹੀ ਬਟ ਅੰਦਰੋਂ ਅੰਦਰ ਹੀ ਨੁਕਸਾਨ ਕਰ ਰਹੀਆਂ ਤੁਹਾਨੂੰ ਚੀਜ਼ਾਂ ਅਤੇ ਮੈਟਾਬੋਲਿਜ਼ਮ ਤੁਹਾਡਾ ਫਰਕ ਹੈ ਉਹਦੇ ਕਰਕੇ ਤੁਸੀਂ ਮੋਟੇ ਨਹੀਂ ਹੋ ਰਹੇ ਬਟ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਥੈਂਕ ਯੂ ਸੋ ਮਚ ਜੀ ਹੋਰ ਕਿਸੇ ਨੇ ਮੈਮ ਨੇ ਪੁੱਛਣਾ ਤੁਸੀਂ ਕਿਹਾ ਮੈਂ 4 ਸਾਲਾਂ ਤੋਂ ਸ਼ੋਅ ਨੂੰ ਫੋਲੋ ਕਰ ਰਹੀ ਹਾਂ ਹੈ ਨਾ ਅਤੇ ਫਿਰ ਤੁਸੀਂ 4 ਸਾਲਾਂ ਦੇ ਵਿੱਚ ਪਾਰਟੀਸਪੇਟ ਕਿਉਂ ਨਹੀਂ ਕੀਤਾ ਉਹੀ ਹੈ ਮੈਮ ਕਰਦੀਆਂ ਕੁਛ ਪ੍ਰੋਬਲਮਸ ਹੋ ਜਾਂਦੀਆਂ ਨੇ ਕਈ ਵਾਰੀ ਕੋਸ਼ਿਸ਼ ਤਾਂ ਮੈਂ ਬਹੁਤ ਵਾਰ ਕੀਤੀ ਹੈ ਬਟ ਕੋਈ ਇਹੋ ਜਿਹੀ ਕੋਈ ਪਰਸਨਲ ਆ ਜਾਂਦੀ ਇਸ ਵਾਰੀ ਤੁਸੀਂ ਕਿੱਦਾਂ ਆ ਗਏ ਇਸ ਵਾਰ ਮੈਮ ਮੈਂ ਕਿਉਂਕਿ ਜੋਬ ਐਕਚੁਅਲੀ ਮੈਂ ਛੱਡਤੀ 1 ਵੀਕ ਹੋ ਗਿਆ ਅਤੇ ਕਿਉਂਕਿ ਵੈਸੇ ਵੀ ਉਹ ਛੁੱਟੀ ਨਹੀਂ ਦਿੰਦੇ ਸੀ ਮੈਂ ਇਹੀ ਵਜ੍ਹਾ ਸੀ ਮੇਰੀ ਨਾ ਆਉਂਦੀ ਕਿਉਂਕਿ ਸਕੂਲ ਵਾਲੇ ਛੁੱਟੀ ਨਹੀਂ ਦਿੰਦੇ ਸੀ ਐਕਚੁਅਲੀ ਮੇਰੀ ਛੋਟੀ ਕਲਾਸ ਸੀ ਨਰਸਰੀ ਤਾਂ ਬੱਚੇ ਵੀ ਕਾਫੀ ਸੀ ਉਹ ਛੁੱਟੀ ਨਹੀਂ ਦਿੰਦੇ ਸੀ ਤਾਂ ਮੈਨੂੰ 1 ਵੀਕ ਹੋ ਗਿਆ ਮੈਂ ਇਹ ਜੋਬ ਛੱਡਤੀ ਹੈ ਆਪਣਾ ਆਡੀਸ਼ਨ ਤਾਂ ਸੰਡੇ ਨੂੰ ਹੁੰਦਾ ਹੁੰਦਾ ਮੈਮ ਬਟ ਤਿਆਰੀ ਵੀ ਹੁੰਦੀ ਹੈ ਨਾ ਓਕੇ ਤੁਸੀਂ ਕੀ ਤਿਆਰੀਆਂ ਕੀਤੀਆਂ ਸੀਗੀਆਂ ਤਿਆਰੀ ਤਾਂ ਮੈਮ ਇਹੀ ਹੁੰਦਾ ਕਿ ਤਿਆਰ ਹੋਣਾ ਜੀ ਕੋਈ ਚੀਜ਼ ਲੈ ਕੇ ਆਉਣੀ ਆ ਮਾਰਕੀਟ 'ਚੋਂ ਕੁਛ ਹੋਰ ਕਰਨਾ ਤੁਸੀਂ ਕੀ ਲੈ ਕੇ ਆਏ ਸੀ ਸੂਟ ਲੈ ਕੇ ਆਏ ਸੀ ਨਵਾਂ ਬਿਲਕੁਲ ਅਤੇ ਜਿਹੜੇ ਤੁਸੀਂ ਹੱਥ ਵਿੱਚ ਮੈਮ ਦਿਮਾਗ ਨਾ ਫਿਰ ਜਾਂ ਤਾਂ ਉੱਧਰ ਹੀ ਰਹਿੰਦਾ ਫਿਰ ਡਬਲ ਮਾਈਂਡਡ ਰਹਿੰਦੇ ਐਕਚੁਅਲੀ ਓਕੇ ਅਤੇ ਹਸਬੈਂਡ ਕੀ ਕਰਦੇ ਨੇ ਤੁਹਾਡੇ ਮੈਮ ਸਾਡਾ ਟੂਰ ਐਂਡ ਟਰੈਵਲ ਦਾ ਕੰਮ ਹੈ ਓਕੇ ਫਿਰ ਤੁਹਾਨੂੰ ਕਿੰਨਾ ਕੁ ਮਾਲ ਲੈ ਕੇ ਜਾਂਦੇ ਆ ਮੈਮ ਘੱਟ ਹੀ ਜਾਂਦੇ ਆ ਲੋਕਾਂ ਨੂੰ ਹੀ ਘੁਮਾਉਂਦੇ ਆ ਸਾਨੂੰ ਤਾਂ ਘੱਟ ਹੀ ਲੈ ਕੇ ਜਾਂਦੇ ਟਾਈਮ ਨਹੀਂ ਲੱਗਦਾ ਉਹ ਕਹਿ ਦਿੰਦੇ ਆ ਤੁਹਾਨੂੰ ਲਾਰਾ ਲਗਾ ਦਿੰਦੇ ਨੇ ਕਿ ਲੈ ਕੇ ਜਾਵਾਂਗੇ ਅੱਛਾ ਹੁਣ ਜੇ ਤੁਹਾਨੂੰ ਅੱਗੇ ਲੈ ਕੇ ਸਾਡਾ ਇੱਕ ਵਧੀਆ ਜਿਹਾ ਪੈਕੇਜ ਸਸਤਾ ਜਿਹਾ ਬਣਵਾ ਦੂੰਗੇ ਦੁਬਈ ਬਿਲਕੁਲ ਸਰ ਫੋਨ ਨੰਬਰ ਦੇ ਕੇ ਜਾਓਗੇ ਹਸਬੈਂਡ ਦਾ ਡਨ ਡਨ ਸਾਡਾ ਅਗਲੇ ਮਹੀਨੇ ਦਾ 2-3 ਜਣਾ ਦੁਬਈ ਦਾ ਪੈਕੇਜ ਮੰਗਵਾਉਣਾ ਬਿਲਕੁਲ ਸਰ ਟਰੈਵਲ ਹੈ ਹਾਂਜੀ ਬਿਲਕੁਲ ਬਟ ਡਨ ਇਹ ਤਾਂ ਹੁਣ ਪਤਾ ਕਿ ਚੁਟਕਲੇ ਸ਼ੁਰੂ ਹੋ ਗਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਆਈਫੋਨ ਤੋਂ ਉੱਪਰ ਕੋਈ ਫੋਨ ਆਇਆ ਆਈਫੋਨ ਤੋਂ ਪਤਾ ਨਹੀਂ ਕਚਾਲਤਾ ਰਿਹਾ ਹੁਣ ਕਿਹੜਾ ਜੀ ਪਤਾ ਨਹੀਂ ਕਹਿ ਰਹੇ ਸੀ ਕਿ ਲੈ ਐਪਲ ਆਈਫੋਨ ਤੋਂ ਉੱਪਰ ਕੋਈ ਫੋਨ ਹੈ ਹੁਣ ਹੁਣ ਤੱਕ ਬਣਿਆ ਇਹੀ ਹੈ ਮੈਨੂੰ ਲੱਗਦਾ ਹਾਂਜੀ ਇਹੀ ਹੋਏਗਾ ਜੀ ਨਹੀਂ ਨਹੀਂ ਬਣਿਆ ਨਾ ਮੈਂ ਦੱਸ ਸਕਦਾ ਪਾਈਨਐਪਲ ਨਹੀਂ ਮੇਰੇ ਸਾਹਮਣੇ ਪਾਈਨਐਪਲ ਕਿਵੇਂ ਮੈਂ ਉਲਝ ਗਿਆ ਚਲੋ ਛੁੱਟ ਗਿਆ ਇਹ ਕੰਪਲੀਮੈਂਟਰੀ ਸੀਗਾ ਤੁਸੀਂ ਓਕੇ ਥੈਂਕ ਯੂ ਮੈਂ ਤਾਂ ਸੋਚਾਂ 'ਚ ਪੈ ਗਿਆ ਵੀ ਆਹ 1.5 ਲੱਖ ਲਾਇਆ ਮੇਰਾ ਖਰਾਬ ਹੋ ਗਿਆ ਇਹ ਤਾਂ ਤੇਰਾ ਫੋਨ ਕਿਹੜਾ ਆ ਗਿਆ ਸਰ ਇਹੀ ਤਾਂ ਗੱਲ ਹੈ ਕਿ ਘਰ ਹੱਸਦੇ ਨਹੀਂ ਇੱਥੇ ਆ ਕੇ ਹੱਸਦੇ ਐਨਰਜੀ ਗੇਨ ਹੁੰਦੀ ਹੈ ਘਰ ਦੀਆਂ ਸਰ ਟੈਨਸ਼ਨਾਂ ਤੋਂ ਬਾਹਰ ਨਿਕਲ ਕੇ ਆਏ ਹਾਂ ਅੱਜ ਟੈਨਸ਼ਨਾਂ ਦੁੱਖ ਦਰਦ ਤਾਂ ਹਰ ਇੱਕ ਦੀ ਲਾਈਫ 'ਚ ਚੱਲਦੇ ਰਹਿੰਦੇ ਨੇ ਅਮੀਰਾਂ ਨੂੰ ਵੀ ਆ ਗਰੀਬਾਂ ਨੂੰ ਵੀ ਬਿਲਕੁਲ ਸਰ ਸੋ ਜਿਹੜੇ ਹੱਸ ਖੇਡ ਕੇ 2 ਦਿਨ ਲਗਾ ਲਓ ਤਾਂ ਬੈਟਰ ਆ ਬਿਲਕੁਲ ਸਰ ਇਹ ਤਾਂ ਚੱਲ ਹੀ ਜਾਣੇ ਲੱਗਦੇ ਨੇ ਅੱਗੇ ਤੁਰੀ ਆਪਾਂ ਸ਼ੋਅ ਫਿਰ ਜੀ ਸਰ ਲਾਸਟ ਥੈਂਕ ਯੂ ਤੁਸੀਂ ਕਹਿੰਦਾ ਟੈਨਸ਼ਨ ਆ ਮੇਰੀ ਆਪਾਂ ਕੋਈ ਮੂਵੀ ਦੇਖਣ ਜਾਂਦੇ ਹਾਂ ਜੇ ਮੂਵੀ ਸਟਾਰਟ ਹੋਏ ਤਾਂ ਨਾਲ ਹੀ ਬਸ ਹੀਰੋ ਦੀ ਲਾਈਫ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਤਾਂ ਸਾਨੂੰ ਪਸੰਦ ਨਹੀਂ ਆਉਂਦੀ ਪੂਰੀ ਫਿਲਮ ਦੇ ਵਿੱਚ ਪਤਾ ਨਹੀਂ ਹੀਰੋ ਕਿੱਥੇ ਕਿੱਥੇ ਭੱਜਦਾ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਅਤੇ ਐਂਡ 'ਚ ਜਦੋਂ ਸਭ ਕੁਝ ਹੈਪੀ ਐਂਡਿੰਗ ਹੁੰਦੀ ਸਾਨੂੰ ਵਧੀਆ ਉਸ ਤਰ੍ਹਾਂ ਹੀ ਅਸੀਂ ਵੀ ਇੱਕ ਰੋਲ ਪਲੇ ਕਰ ਰਹੇ ਹਾਂ ਸੋ ਅਪਸ ਐਂਡ ਡਾਊਨਸ ਕਦੀ ਵੀ ਡਿਫਰੈਂਟ ਡਿਫਰੈਂਟ ਲੈਵਲ ਦੇ ਆਉਣਗੇ ਉਹ ਆਉਂਦੇ ਹੀ ਰਹਿਣੇ ਆ ਸੋ ਇਹਨੂੰ ਤੁਸੀਂ ਇੰਜੋਏ ਵੀ ਕਰੋ ਔਰ ਇਹਦੇ ਨਾਲ ਲੜਨਾ ਵੀ ਸਿੱਖੋ ਔਰ ਅੱਗੇ ਵਧਣਾ ਵੀ ਸਿੱਖੋ ਥੈਂਕ ਯੂ ਮੈਮ ਵੈਸੇ ਲਾਈਫ ਦਾ ਤਾਂ ਐਂਡ ਨਹੀਂ ਹੁੰਦਾ ਮੂਵੀ ਦਾ ਤਾਂ ਐਂਡ ਹੋ ਜਾਂਦਾ ਜ਼ਿੰਦਾ ਦਿਲ ਜ਼ਿੰਦਗੀ ਨਹੀਂ ਲਾਈਫ ਦਾ ਵੀ ਐਂਡ ਹੁੰਦਾ ਲਾਈਫ ਓਬਵੀਅਸਲੀ ਐਂਡ ਹੁੰਦਾ ਬਹੁਤ ਕੁਝ ਦੇਖ ਕੇ ਸਰ ਫੇਰ ਹੁੰਦਾ ਬਟ ਜ਼ਿੰਦਾ ਦਿਲ ਜ਼ਿੰਦਗੀ ਜ਼ਿੰਦਾ ਦਿਲ ਜ਼ਿੰਦਗੀ ਹਾਂਜੀ ਲਾਈਫ ਹੈ ਜੀ ਇੰਜੋਏ ਯੋਰ ਲਾਈਫ ਲਿਵ ਯੋਰ ਬੈਸਟ ਥੈਂਕ ਯੂ ਜੀ ਸੋ ਇੱਕ ਵਾਰ ਵਧੀਆ ਜੀ ਅਪਲੌਜ਼ ਦੇ ਨਾਲ ਆਪਾਂ ਲਾਸਟ ਬਟ ਨੋਟ ਦਾ ਲੀਸਟ ਪਾਰਟੀਸਪੈਂਟ ਟੈਗ ਨੰਬਰ 410 ਮਨਪ੍ਰੀਤ ਕੌਰ ਜੀ
ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੈਂ ਫਸਟ ਟਾਈਮ ਆਈ ਹਾਂ ਸ਼ੋਅ 'ਚ, ਅਤੇ ਮੇਰੇ ਹਸਬੈਂਡ ਦਾ ਨਾਮ ਰੁਪਿੰਦਰ ਸਿੰਘ ਹੈ। ਮੇਰੀ ਮੈਰਿਜ ਨੂੰ 12 ਸਾਲ ਹੋ ਗਏ, ਮੈਂ ਦਿੱਲੀ ਦੀ ਰਹਿਣ ਵਾਲੀ ਹਾਂ ਬਟ ਮੈਰਿਜ ਮੇਰੀ ਪਟਿਆਲਾ ਹੋਈ ਹੈ। ਅਤੇ ਮੇਰੇ ਘਰ ਦੋ ਬੇਟੀਆਂ, ਇੱਕ 12 ਸਾਲ ਦੀ ਹੈ, ਇੱਕ 6 ਸਾਲ ਦੀ ਹੈ। ਅਤੇ ਮੇਰੀ ਹੋਬੀਜ਼ ਡਾਂਸਿੰਗ, ਮਾਡਲਿੰਗ ਐਂਡ ਸਿੰਗਿੰਗ ਹੈ, ਬਟ ਮੈਂ ਕਦੇ ਕੁਛ ਕੀਤਾ ਨਹੀਂ, ਫਸਟ ਟਾਈਮ ਹੀ ਹੈ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਬੇਸਿਕਲੀ ਤੁਸੀਂ ਦਿੱਲੀ ਤੋਂ, ਡੈਲੀ ਤੋਂ? ਡੈਲੀ ਕਿਹੜੀ ਜਗ੍ਹਾ? ਤਿਲਕ ਨਗਰ। ਤਿਲਕ ਨਗਰ, ਅੱਛਾ। ਦਿੱਲੀ ਤੋਂ ਪੰਜਾਬ ਸ਼ਿਫਟ ਹੋਣ ਤੋਂ ਬਾਅਦ ਕੀ ਚੀਜ਼ਾਂ ਦਾ ਡਿਫਰੈਂਸ ਲੱਗਿਆ ਤੁਹਾਨੂੰ? ਸਰ ਉੱਧਰ ਇਹ ਹੈ ਕਿ ਬਹੁਤ ਜ਼ਿਆਦਾ ਐਡਵਾਂਸ ਹੈ, ਇੱਧਰ ਕਿਸੇ ਨਾਲ ਗੱਲ ਵੀ ਕਰ ਲਓ ਡਰ ਲੱਗਦਾ ਹੈ, ਥੋੜ੍ਹੇ ਅਜੀਬ ਜਿਹੇ ਲੋਕ ਲੱਗਦੇ ਹੈ। ਮੈਨੂੰ ਤਾਂ ਨਹੀਂ ਲੱਗਦੀ ਹੈ ਜੀ। ਹਾਂਜੀ, ਮੈਨੂੰ ਲੱਗਦੇ ਹੈ। ਜੇ ਮੈਂ ਪੁੱਛਾਂ ਵੀ ਹਿਮਾਚਲ ਤੋਂ ਪੰਜਾਬ ਦਾ ਡਿਫਰੈਂਸ ਪੁੱਛਾਂ, ਉਹ ਮੇ ਬੀ ਮੈਂ ਥੋੜ੍ਹਾ ਜਿਹਾ ਐਗਰੀ ਵੀ ਕਰਾਂ। ਸਾਡੀ ਫੈਮਿਲੀ 'ਚ ਹੈ ਨਹੀਂ, ਪੰਜਾਬ 'ਚ ਅੱਜ ਕੱਲ੍ਹ ਸਾਰੇ ਐਡਵਾਂਸ ਨੇ। ਪੰਜਾਬ ਮੈਂ ਘੁੰਮੀ ਨਹੀਂ ਨਾ ਜ਼ਿਆਦਾ, ਐਕਚੁਅਲੀ ਆਪਣੀ ਫੈਮਿਲੀ। ਤੁਹਾਨੂੰ 12 ਕਿੰਨੇ ਸਾਲ ਹੋ ਗਏ ਵਿਆਹ ਨੂੰ? ਬਿਲਕੁਲ ਵੀ ਨਹੀਂ। ਨਹੀਂ ਬਿਲਕੁਲ ਵੀ ਨਹੀਂ, ਕਿੰਨੇ ਸਾਲ ਹੋ ਗਏ ਵਿਆਹ? ਮਨੂ ਪਟਿਆਲੇ ਤੁਸੀਂ ਕਹਿ ਦੋਗੇ ਨਾ, ਵਿਆਹ ਨੂੰ ਕਿੰਨੇ ਸਾਲ ਹੋ ਗਏ? 12 ਸਾਲ। 12 ਸਾਲ 'ਚ ਕਿੱਥੇ ਕਿੱਥੇ ਘੁੰਮੇ ਪੰਜਾਬ 'ਚ? ਪੰਜਾਬ 'ਚ ਅੰਮ੍ਰਿਤਸਰ, ਠੀਕ ਹੈ, ਅਨੰਦਪੁਰ ਸਾਹਿਬ, ਠੀਕ ਹੈ। ਲੈ ਕੇ ਜਾਇਆ ਕਰੋ ਜੀ, ਇਹਨਾਂ ਦੇ ਹਸਬੈਂਡ ਕੌਣ ਨੇ? ਟੂਰ ਐਂਡ ਟਰੈਵਲ। ਮੈਂ ਕਹਿੰਦਾ ਮੈਮ ਤੁਸੀਂ ਸਾਰਿਆਂ ਦੇ ਪੈਕੇਜ ਬਣਾ ਦਿਓ, ਜਿੰਨੀਆਂ ਵੀ ਇੱਥੇ ਕੰਟੈਸਟੈਂਟ ਨੇ ਸਾਰਿਆਂ ਦੇ ਘਰ ਵਾਲੇ ਨੂੰ ਬੁਲਾ ਕੇ ਆਪਣੇ ਘਰ ਨਾਲ ਮੀਟਿੰਗ ਕਰਾ ਕੇ ਪੈਕੇਜ ਬਣਾਓ, ਘੁਮਾ ਕੇ ਲੈ ਕੇ ਆਓ ਪਹਿਲਾਂ ਸਾਰਿਆਂ ਨੂੰ, ਜਦ ਤੱਕ ਸੈਮੀ ਫਾਈਨਲ ਨਹੀਂ ਹੁੰਦਾ, ਹੈ ਨਾ। ਅਤੇ ਹੋਰ ਡਿਫਰੈਂਸ ਕੀ ਲੱਗਿਆ ਦਿੱਲੀ ਅਤੇ ਪੰਜਾਬ 'ਚ? ਕੀ ਡਿਫਰੈਂਸ ਹੈ ਲੋਕਾਂ ਨੂੰ ਛੱਡ ਕੇ ਉਸ ਤੋਂ ਇਲਾਵਾ? ਸਰ ਜਿਵੇਂ ਦਿੱਲੀ ਦੇ ਵਿੱਚ ਪੰਜਾਬ ਦਾ ਕੋਈ ਕਲਚਰ ਨਹੀਂ ਦੇਖਿਆ ਮੈਂ ਕੁਛ ਵੀ ਦਿੱਲੀ ਦੇ ਵਿੱਚ, ਜਿਵੇਂ ਅੱਜ ਮੈਂ ਸੁਣ ਰਹੀ ਹਾਂ ਬੋਲੀਆਂ ਵਗੈਰਾ, ਇਹ ਅਸੀਂ ਕੁਛ ਵੀ ਨਹੀਂ ਦੇਖਿਆ ਹੈਗਾ। ਇੱਧਰ ਆ ਕੇ ਹੁਣ ਮੈਨੂੰ ਪਤਾ ਚੱਲ ਰਿਹਾ ਕਿ ਬੋਲੀਆਂ ਕੀ ਹੈ, ਸਮਝ ਹੀ ਨਹੀਂ ਹੈ, ਦਿੱਲੀ 'ਚ ਇਹ ਚੀਜ਼ ਹੁੰਦੀ ਨਹੀਂ ਹੈ। ਓਕੇ, ਅਤੇ ਬਹੁਤ ਘੱਟ ਹੈ, ਪੋਲਿਊਸ਼ਨ ਵੀ ਬਹੁਤ ਹੈ ਦਿੱਲੀ 'ਚ। ਹਾਂ ਉਹ ਤਾਂ ਹੈ, ਬਟ ਮੈਟਰੋ ਵੀ ਬਣ ਗਈ, ਉਹ ਵੀ ਅੱਛੀ ਹੈ। ਹੈ ਮੈਟਰੋ ਵੀ ਬਣ ਗਈ, ਉਹ ਵੀ ਅੱਛੀ ਹੋ ਗਈ। ਚਲੋ ਮੈਟਰੋ ਤਾਂ ਸ਼ਾਇਦ ਹੌਲੀ ਹੌਲੀ ਲੁਧਿਆਣੇ ਵੀ ਬਣ ਜਾਵੇ, ਪਟਿਆਲੇ ਨਹੀਂ ਨਾ ਬਣੇਗੀ? ਨਹੀਂ ਬਣ ਜੂ ਪਟਿਆਲੇ ਵੀ, ਉਮੀਦ 'ਤੇ ਤਾਂ ਦੁਨੀਆ ਕਾਇਮ ਹੈ। ਕੋਈ ਨਹੀਂ, ਕਰਦੇ ਹਾਂ ਅਮਰਿੰਦਰ ਸਿੰਘ ਕੈਪਟਨ ਸਾਹਿਬ ਨਾਲ ਗੱਲ ਕਰਦੇ ਹਾਂ ਆਪਾਂ, ਅਤੇ ਜ਼ਰੂਰ ਮੈਟਰੋ 'ਤੇ ਵੀ ਧਿਆਨ ਹੈ। ਹਾਂ ਅਮਰਿੰਦਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਜੀ ਅਤੇ ਅਮਰਿੰਦਰ ਬੋਬੀ ਜੀ, ਪਟਿਆਲਾ ਸ਼ਹਿਰ ਦੇ ਨਿਵਾਸੀ। ਭਾਅ ਜੀ ਨੇ ਗਾਣਾ ਗਾ ਕੇ ਕੈਪਟਨ ਸਾਹਿਬ ਨੂੰ ਜਲਦੀ ਬਣਾ ਲੈਣਾ, ਇਸ ਤੋਂ ਬਾਅਦ ਭਾਅ ਜੀ ਨੇ ਗਾਣਾ ਵੀ ਸੁਣਾਉਣਾ। ਪੁੱਛੋ ਮੈਡਮ, ਮੈਂ ਵੀ ਦਿੱਲੀ ਤੋਂ ਆਇਆ ਸਵੇਰੇ ਨਾ ਅੱਜ, ਮੈਂ ਪਰਮਿੰਦਰ ਭਾਅ ਜੀ ਨਾਲ ਗੱਲ ਹੋਈ ਹੈ, ਮੈਂ 7 ਵਜੇ ਸਵੇਰੇ ਪਹੁੰਚਿਆ ਰਾਤ ਦਾ ਸ਼ੋਅ ਕਰਕੇ, ਅਤੇ ਮੈਂ 2 ਘੰਟੇ ਸੁੱਤਾ ਸਿਰਫ ਤੁਹਾਡੇ ਕਰਕੇ ਆਇਆ ਕਸਮ 'ਤੇ। ਕਹਿੰਦੇ ਭਾਅ ਜੀ, ਔਰ ਮੈਨੂੰ ਜਜਮੈਂਟ ਕਸਮ ਮੈਂ ਕੀਤੀ ਵੀ ਨਹੀਂ ਕਦੇ ਗੌਰਵ ਜੀ, ਤੁਹਾਨੂੰ ਤਾਂ ਪਤਾ ਗੌਰਵ ਜੀ ਇਸ ਚੀਜ਼ ਲਈ ਬਹੁਤ, ਸਾਰੀ ਟੀਮ, ਮੈਂ ਸਿਰਫ ਓਨਲੀ ਸਿੰਗਿੰਗ 'ਤੇ ਕਿਤੇ ਚਲਾ ਜਾਂਦਾ, ਪਰ ਪੰਜਾਬਣ ਦੇ ਮਿਸ ਪੰਜਾਬ 'ਤੇ ਮੈਂ ਪਹਿਲੀ ਵਾਰੀ ਮਤਲਬ ਫਸਟ ਟਾਈਮ ਹੀ ਕਰ ਰਿਹਾ, ਉੱਦਾਂ ਗੌਰਵ ਜੀ 'ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਹਾਂ। ਹਾਂਜੀ ਹਾਂਜੀ, ਸੋ ਦਿੱਲੀ ਦਾ ਤੁਸੀਂ ਕੀ ਵੀ, ਦਿੱਲੀ ਦੇ ਵਿੱਚ ਪੰਜਾਬੀ ਬੋਲੀਆਂ ਨਹੀਂ ਚੱਲਦੀਆਂ? ਨਹੀਂ ਸਰ, ਮੈਂ ਨਹੀਂ ਦੇਖੀਆਂ। ਅੱਛਾ ਤੁਸੀਂ ਨਹੀਂ ਦੇਖੀ? ਨਾ ਮੈਨੂੰ ਆਉਂਦੀ ਨਹੀਂ, ਮੈਂ ਇੱਧਰ ਸੁਣ ਰਹੀ ਹਾਂ ਸਾਰਾ ਕੁਛ। ਅੱਛਾ ਤੁਸੀਂ ਦਿੱਲੀ ਦਾ ਜਿਹੜਾ ਪੁਰਾਣਾ ਨਾਮ ਸੀ ਕੀ ਸੀ? ਦਿੱਲੀ ਦਾ ਪੁਰਾਣਾ ਨਾਮ ਨਹੀਂ ਪਤਾ, ਪਟਿਆਲੇ ਦਾ ਪਤਾ ਹੈ। ਦੱਸੋ। ਆਲਾ ਪੱਟੀ ਸੁਣਿਆ ਸੀ। ਹਾਂਜੀ, ਆਲਾ ਪੱਟੀ। ਆਲਾ ਪੱਟੀ ਨਹੀਂ, ਪਟਿਆਲਾ। ਪਟਿਆਲਾ ਤੋਂ ਪਹਿਲੇ ਕਹਿੰਦੇ ਆਲਾ ਪੱਟੀ ਕਹਿੰਦੇ ਸੀ। ਆਲਾ ਤਾਂ ਲੱਗਿਆ ਸੀ ਕਿਉਂਕਿ ਬਾਬਾ ਆਲਾ ਜੀ ਉਹਨਾਂ ਦੀ ਜੋਤ ਜਗਦੀ ਹੈ ਉੱਥੇ। ਅੱਛਾ, ਕਿਲੇ ਦੇ ਵਿੱਚ ਆਲਾ ਇਸੀ ਕਰਕੇ ਲਾਇਆ ਸੀ, ਪੱਟੀ ਆਲਾ, ਬਾਬਾ ਆਲਾ ਪੱਟੀ ਆਲਾ। ਹਸਤੇਨਾਪੁਰ ਦਿੱਲੀ ਦਾ ਪਹਿਲਾ ਨਾਮ ਸੀ, ਹਸਤੇਨਾਪੁਰ। ਵਧੀਆ, ਤੁਸੀਂ ਮੈਨੂੰ ਇੱਥੇ ਲੱਗਦੇ ਨਹੀਂ, ਮੈਨੂੰ ਤਾਂ ਲੱਗਦੇ ਇਟਾਲੀਅਨ ਦੇ, ਇਟਲੀ ਦੇ, ਤੁਹਾਡੀ ਲੁੱਕ ਅੱਛੀ ਹੈ। ਥੈਂਕ ਯੂ ਸਰ। ਥੈਂਕ ਯੂ। ਹੈਲੋ ਮਨਪ੍ਰੀਤ। ਹੈਲੋ ਸਰ। ਹੈਲੋ ਮੈਮ, ਸੋਰੀ। ਤੁਹਾਡੇ ਕਿੰਨੇ ਬੱਚੇ ਹੈ? ਮੇਰੀ 2 ਬੇਟੀਆਂ। ਕਿਹੜੀ ਕਿਹੜੀ ਕਲਾਸ 'ਚ? ਇੱਕ 6th 'ਚ ਹੈ, ਇੱਕ UKG 'ਚ ਹੈ। ਉਹਨਾਂ ਨੂੰ ਤੁਸੀਂ ਪੜ੍ਹਾਉਂਦੇ ਹੋ? ਨਹੀਂ, ਉਹ ਟਿਊਸ਼ ਆਪਣਾ ਖੁਦ ਹੀ ਪੜ੍ਹਦੀ ਹੈ, ਵੱਡੀ ਵਾਲੀ ਤਾਂ ਛੋਟੀ ਮੇਰੇ ਤੋਂ ਪੜ੍ਹਦੀ ਹੈ। ਤੁਸੀਂ ਪੜ੍ਹਾਉਣਾ ਪੰਜਾਬੀ ਸਬਜੈਕਟ ਹੋਣਾ ਉਹਨਾਂ ਕੋਲ? ਨਹੀਂ, ਪੰਜਾਬੀ ਤਾਂ ਮੈਨੂੰ ਐਕਚੁਅਲੀ ਸਿਰਫ ਬੋਲਣੀ ਆਉਂਦੀ ਹੈ, ਲਿਖਣੀ ਵਗੈਰਾ ਨਹੀਂ ਮੈਨੂੰ ਅੱਛੀ ਤਰ੍ਹਾਂ ਆਉਂਦੀ। ਤੁਹਾਨੂੰ ਨਹੀਂ ਆਉਂਦੀ? ਨਹੀਂ ਆਉਂਦੀ। ਉੜਾ ਆੜਾ ਆਉਂਦਾ? ਹਾਂ ਉਹ ਹੀ ਆਉਂਦਾ, ਥੋੜ੍ਹਾ ਬਹੁਤ। ਥੋੜ੍ਹਾ ਬਹੁਤ ਨਹੀਂ, ਸਾਰਾ ਆਉਂਦਾ? ਨਹੀਂ ਨਹੀਂ ਆਉਂਦਾ। ਪੰਜਾਬੀ ਗਾਣਾ ਆਉਂਦਾ ਕੋਈ? ਹਾਂਜੀ। ਸੁਣਾਓ। ਕਿਹੜੇ ਸਿੰਗਰ ਦਾ? ਭੁੱਲ ਗਈ ਮੈਂ ਰਾਤੀ ਦੇਖਿਆ, ਸੁਣਿਆ ਬਸ, ਇਹ ਨਹੀਂ ਮੈਨੂੰ ਪਤਾ, ਭੁੱਲ ਗਈ।
ਨਹੀਂ ਸੌਂਗ ਤਾਂ ਸੁਣਾ ਰਹੀ ਹੈ, ਸਿੰਗਰ ਦਾ ਨਾਮ ਭੁੱਲ ਗਈ। ਤੂੰ ਰੋਏਗਾ ਪਛਤਾਏਗਾ, ਹੱਥ ਕਨਾਂ ਨੂੰ ਲਾਏਗਾ, ਤੇਰਾ ਵੀ ਦਿਲ ਟੁੱਟ ਜਾਣਾ, ਤੇਰੀ ਹੀ ਨਵੀਆਂ ਕੋਲੋਂ ਮੰਗੇਗਾ ਮਾਫੀ ਮੇਤੋਂ। ਤੂੰ ਹੱਥ ਜੋੜ, ਤੈਨੂੰ ਮੈਂ ਮਾਫ ਨਹੀਂ ਕਰਨਾ, ਤੂੰ ਮੈਨੂੰ ਭੁੱਲ ਗਿਆ ਸੀ ਜਦੋਂ ਸੀ ਮੈਨੂੰ ਤੇਰੀ ਲੋੜ। ਤੂੰ ਰੋਏਗਾ ਪਛਤਾਏਗਾ, ਹੱਥ ਕਨਾਂ ਨੂੰ ਲਾਏਗਾ। ਵਧੀਆ ਗਾਇਆ ਇਹ, ਇੰਨਾ ਪੁਰਾਣਾ ਗਾਣਾ ਤੁਸੀਂ ਹੁਣ ਸੁਣਿਆ? ਮੇਰਾ ਫੇਵਰੇਟ ਹੈ। ਤੇਰਾ ਫੇਵਰੇਟ ਆ? ਹੋਰ ਕਿਹੜਾ ਫੇਵਰੇਟ ਆ? ਕੋਈ ਚੱਕਵਾਂ ਜਿਹਾ, ਚੱਕਵਾਂ ਜਿਹਾ, ਮਤਲਬ ਹੁਣ ਲਾਸਟ ਕੰਟੈਸਟੈਂਟ ਹੋ ਤੁਸੀਂ, ਅਤੇ ਮਾਹੌਲ ਆਪਾਂ ਹਾਈ ਨੋਟ 'ਤੇ ਐਂਡ ਕਰੀਏ। ਇੱਕ ਹੋਰ ਸੁਣਾਓ ਵਧੀਆ ਕੋਈ ਬੀਟ ਸੌਂਗ। ਪੰਜਾਬੀ? ਪੰਜਾਬੀ ਚਲੋ, ਤੁਸੀਂ ਜੋ ਤੁਹਾਨੂੰ ਆਉਂਦਾ ਉਹ ਸੁਣਾ ਦਿਓ, ਤੁਹਾਡੀ ਦਿੱਲੀ ਦਾ ਸੁਣਾ। ਜ਼ਿਆਦਾ ਵੈਸੇ ਹਿੰਦੀ ਆਉਂਦਾ। ਚਲੋ ਹਿੰਦੀ ਸੁਣਾ ਦਿਓ। ਬਟ ਉਹ ਚੱਕਵਾਂ ਹੋਣਾ ਚਾਹੀਏ ਥੋੜ੍ਹਾ। ਉਠਵਾ ਮਤਲਬ ਲਿਲ ਬਿਟ ਫਿਲਡ ਵਿਦ ਐਨਰਜੀ। ਸੌਰੀ ਆਰ ਏ ਪੀ ਇੰਗਲਿਸ਼ ਵੇ ਮੁਹੱਬਤਾਂ ਸੱਚੀਆਂ ਨੇ, ਸਾਰੇ ਨਾਲ ਗਾ ਸਕਦੇ ਹੋ। ਮੰਗਦਾ ਨਸੀਬਾ ਕੁਛ ਹੋਰ ਹੈ, ਬੀਟ ਰੱਖੋ। ਹੋ ਮਾਹੀ ਵੇ ਮੁਹੱਬਤਾਂ ਸੱਚੀਆਂ ਨੇ, ਮੰਗਦਾ ਨਸੀਬਾ ਕੁਛ ਹੋਰ ਹੈ। ਕਿਸਮਤ ਦੇ ਮਾਰੇ ਅਸੀਂ ਕੀ ਕਰੀਏ, ਕਿਸਮਤ ਦੇ ਮਾਰੇ ਅਸੀਂ ਕੀ ਕਰੀਏ, ਕਿਸਮਤ ਦੇ ਮਾਰੇ ਹੋ ਅਸੀਂ ਕੀ ਕਰੀਏ। ਕਿਸਮਤ 'ਤੇ ਕਿਸ ਦਾ ਜ਼ੋਰ ਹੈ, ਮਾਹੀ ਵੇ ਮਾਹੀ ਵੇ। ਚਲੋ ਓਕੇ ਜੀ, ਥੈਂਕ ਯੂ, ਥੋੜ੍ਹਾ ਟੈਲੈਂਟ ਰਾਊਂਡ ਹੋ ਗਿਆ, ਚਲੋ ਘਰਾਂ ਨੂੰ। ਚਲੋ ਸਾਰਾ ਮਜ਼ਾਕ ਆਪਣੀ ਜਗ੍ਹਾ 'ਤੇ, ਮੈਂ ਇੱਕ ਗੱਲ ਕਹਿਣ ਲਈ ਮਾਈਕ ਫੜਿਆ ਕਿ ਜਿਵੇਂ ਹੁਣ ਅਸੀਂ ਮਿਸਿਸ ਪੰਜਾਬ ਕਰਵਾ ਰਹੇ ਹਾਂ, ਕਿਤੇ ਨਾ ਕਿਤੇ ਸਾਡਾ ਜੋ ਮਕਸਦ ਹੈ ਆਪਣੀ ਪੰਜਾਬੀਅਤ ਨੂੰ ਅੱਗੇ ਲੈ ਕੇ ਆਉਣਾ ਹੈ ਨਾ, ਕਿਉਂਕਿ ਅਸੀਂ ਪੰਜਾਬ ਵਿੱਚ ਰਹਿ ਰਹੇ। ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ? ਮੇਰੇ ਵਿਆਹ ਨੂੰ ਅਕਤੂਬਰ 13 ਸਾਲ ਹੋ ਜਾਣਗੇ। 13 ਸਾਲ ਹੈ ਨਾ, 13 ਸਾਲ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸ਼ਹਿਰ 'ਚ ਅਸੀਂ ਨਵੇਂ ਜਾਂਦੇ ਹਾਂ ਤਾਂ ਉੱਥੋਂ ਦੀਆਂ ਚੀਜ਼ਾਂ ਸਿੱਖਣ ਦੇ ਲਈ ਸਾਨੂੰ 1-6 ਮਹੀਨੇ ਸਾਲ ਤੋਂ ਵੱਧ ਲੱਗਦਾ। ਮੈਂ ਤੁਹਾਨੂੰ ਕੰਪਲਸਰੀ ਕਹੂੰਗੀ ਕਿ ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੁਹਾਡੇ ਬੱਚੇ ਪੰਜਾਬ 'ਚ ਸਟੱਡੀ ਕਰ ਰਹੇ ਨੇ, ਅਤੇ ਉਹਨਾਂ ਨੂੰ ਵੀ ਪੰਜਾਬੀ ਆਉਣੀ ਚਾਹੀਦੀ ਹੈ ਅਤੇ ਤੁਹਾਨੂੰ ਵੀ ਆਉਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਘਰ ਵਿੱਚ ਵਧੀਆ ਤਰ੍ਹਾਂ ਪੰਜਾਬੀ ਬੋਲੋ। ਪੜ੍ਹਨੀ ਲਿਖਣੀ ਤਾਂ ਆਉਣੀ ਚਾਹੀਦੀ ਜੇ ਅਸੀਂ ਪੰਜਾਬ 'ਚ ਰਹਿੰਦੇ ਹਾਂ। ਸੋ ਕਲਚਰ ਨੂੰ ਅਸੀਂ ਨਾਲ ਨਾਲ ਲੈ ਕੇ ਚੱਲਣਾ, ਚਾਹੇ ਅਸੀਂ ਜਿੰਨਾ ਮਰਜ਼ੀ ਵੈਸਟਰਨ ਕਲਚਰ ਨੂੰ ਅਪਣਾਉਣਾ, ਤਾਂ ਜੋ ਇੱਕ ਸਾਡੇ ਸ਼ੋਅ ਦਾ ਮਕਸਦ ਹੈ ਉਹ ਮੈਂ ਸਾਰੀ ਇਕੱਲੇ ਇਕੱਲੇ ਘਰ ਦੇ ਵਿੱਚ ਆ ਮੈਸੇਜ ਪਹੁੰਚਾਉਣਾ ਚਾਹੁੰਦੀ ਕਿ ਪੰਜਾਬੀ ਬੋਲਣੀ ਅਤੇ ਪੰਜਾਬੀ ਸੁਣਨੀ ਸਮਝਣੀ ਸਭ ਕੁਝ ਆਉਣਾ ਚਾਹੀਦਾ ਤੁਹਾਨੂੰ। ਥੈਂਕ ਯੂ। ਸੋ ਇਹ ਸੀਗੇ ਸਾਡੇ ਲਾਸਟ ਪਾਰਟੀਸਪੈਂਟ, ਇਸੇ ਨਾਲ ਸਾਡੇ ਪਹਿਲੇ 2 ਰਾਊਂਡ ਖਤਮ ਹੁੰਦੇ ਨੇ ਇੱਥੇ ਹੀ, ਅਤੇ